ਅਸੀਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਲਓ ਦੋਸਤੋ 1 April 2023 ਦਿਨ ਹੋ ਗਿਆ ਸ਼ਨੀਵਾਰ ਹਾਜ਼ਰ ਅਸੀਂ ਵੀ ਲੈ ਇੱਕ ਤੁਹਾਡੇ ਵਾਸਤੇ ਇਟਾਲੀਅਨ ਫੋਰ ਆ ਪੰਜਾਬੀ ਦੇ ਵਿੱਚ ਖਬਰਾਂ ਜਬਰਦਸਤ ਨੂਲਿਓਸ ਸੜੀਆਂ ਨੂਲਿਓਸ ਨੇ ਕਰਿਆ ਠਾ ਠਾ ਕੱਲ 25 ਬੀਤੇ ਕੱਲ 25 ਨੂਲਿਓਸ ਤੇ ਨਿਕਲੇ ਆ ਚੱਕ ਲੋ ਵਧਾਈਆਂ ਆ ਗਈਆਂ ਨੂਲਿਓਸ ਤੇ ਨਿਕਲ ਗਿਆ ਤੇ ਇਹ ਦੋਸਤੋ ਮੈਂ ਮਜ਼ਾਕ ਕਰ ਰਿਹਾ ਕੋਈ ਸੀਰੀਅਸ ਨਾਲ ਲੈ ਜੋ ਕਿਉਂਕਿ ਇਦਾਂ ਦੀਆਂ ਖਬਰਾਂ ਬਹੁਤ ਕੱਲ ਦੀਆਂ ਮੇਰੇ ਕੋਲ ਆ ਰਹੀਆਂ ਕੱਲ ਦੀਆਂ ਵੀਡੀਓ ਕੱਲ ਦੀਆਂ ਖਬਰਾਂ ਬਹੁਤ ਆ ਰਹੀਆਂ ਵੀ ਭਾਜੀ ਨੂੰ ਲਿਓ ਉਸ ਤੇ ਨਿਕਲ ਗਿਆ ਠਾ ਠਾ ਹੋ ਗਈ ਆ ਤੇ ਤੁਸੀਂ ਦੱਸੋ ਤੁਸੀਂ ਅਪਡੇਟ ਨਹੀਂ ਪਾਉਂਦੇ ਸੋ ਮੈਂ ਵੀ ਅਪਡੇਟ ਪਾ ਰਹੀ ਆ ਯਕੀਨ ਕਰ ਸਕਦੇ ਜਿਹਨੇ ਕਰਨਾ 25 ਨੂੰ ਲਿਓ ਉਸ ਨਿਕਲ ਗਿਆ ਕਿਉਂ ਯਕੀਨ ਕਰਾਂਗੇ ਕਿਉਂਕਿ ਤੁਹਾਡੇ ਕੋਲ ਕੋਈ ਪ੍ਰੂਫ ਹੈ ਨਹੀਂਗਾ ਤੇ ਪ੍ਰੂਫ ਤੋਂ ਬਿਨਾ ਤੇ ਤੁਸੀਂ ਯਕੀਨ ਨਹੀਂ ਕਰਨਾ ਸੋ ਦੋਸਤੋ ਮੈਂ ਪਹਿਲੇ ਕਹਿਣਾ ਨਾ ਜਿੰਨਾ ਚਿਰ ਕੋਈ ਪ੍ਰੂਫ ਨਹੀਂ ਆਉਂਦਾ ਕੋਈ ਥੋਸ ਸਬੂਤ ਨਹੀਂ ਆਉਂਦਾ ਐਵੇਂ ਕਿਸੇ ਗੱਲਾਂ 'ਚ ਹੋਂ ਜਿਵੇਂ ਮੈਂ ਕਹਦਾ 25 ਨਿਕਲ ਗਿਆ ਹੋ ਗਈ 68 ਬਈ ਮਰ ਗਏ ਧਰ ਲੋਏ ਇਹਨਾਂ ਇਹ ਜੀਆਂ ਗੱਲਾਂ 'ਚ ਨਾ ਆਇਆ ਕਰੋ ਤੇ ਦੱਸ ਦਿਆਂ ਪੂਰੀ ਡਿਟੇਲ ਇਸ ਖਬਰ ਦੀ ਵੀ ਤੇ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਇਹ ਨਹੀਂ ਕੀਤਾ ਤਾਂ ਕਿ ਜਿਹੜਾ ਆਉਣ ਵਾਲੇ ਨੂਲੇ ਉਸ ਤੇ ਉਹ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤੇ ਗੱਲ ਕਰਦੇ ਦੋਸਤੋ ਇਸੇ ਨੂਲਿਓਸ ਦੀ ਕੱਲ ਦਾ ਬਹੁਤ ਰੌਲਾ ਪਿਆ ਹੋਇਆ ਮੇਰੇ ਗਰੁੱਪ ਦੇ ਵਿੱਚ ਵੀ ਗਰੁੱਪਾਂ ਦੇ ਵਿੱਚ ਜਿਹੜੇ ਚੱਲਦੇ ਆ ਇੰਸਟਾਗ੍ਰਾਮ ਤੇ ਵੀ ਬੜੀਆਂ ਵੀਡੀਓ ਆ ਰਹੀਆਂ ਤੇ ਫੋਟੋਆਂ ਆ ਰਹੀਆਂ ਵੀ ਭਾਈ ਨੂਲਿਓਸ ਤੇ ਨਿਕਲ ਗਏ ਆ ਤੇ ਅਪਡੇਟ ਤੁਸੀਂ ਕੋਈ ਪਾਈ ਨਹੀਂ ਸੋ ਦੋਸਤੋ ਪਹਿਲਾਂ ਮੈਂ ਇਹ ਦੱਸਣਾ ਵੀ ਜਦੋਂ ਵੀ ਆਪਾਂ ਪੇਪਰ ਭਰਦੇ ਆ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈਗਾ ਸਾਰੇ ਪੜ੍ਹੇ ਲਿਖੇ ਮੇਰੇ ਵੀਰਾਂ ਤੁਸੀਂ ਵੀ ਘੱਟੋ ਘੱਟ ਘੱਟੋ ਘੱਟ ਵੀ ਪਰਫਾ ਤੂਰੇ ਨੂੰ ਇਹ ਖਿੱਚ ਕੇ ਵੀ ਕੰਮ ਰੱਖੇ ਪਰਫਾਤੂਰਾ ਪੂਰਾ ਪੂਰਾ ਖਿੱਚ ਕੇ ਟਾਇਰਡ ਕੰਮ ਰੱਖੇ ਬੰਦੋ ਜਿੱਦਾਂ ਕਲੈਕ ਹੋਏ ਆ ਉਸ ਦਿਨ ਤੋਂ ਕਾਰਵਾਈ ਉਹ ਸ਼ੁਰੂ ਕਰ ਦੇਣਾ ਮਤਲਬ ਦੈ ਰਾਤ ਇੱਕ ਹਫਤਾ ਚਾਹੀਦਾ ਉਹਨਾਂ ਨੂੰ ਪਰਫਾਤੂਰੇ ਨੂੰ ਆਪਦੀ ਰਿਪੋਰਟ ਤਿਆਰ ਕਰਨ ਤੇ ਇੱਕ ਹਫਤਾ ਤੇ ਅਜੇ ਬੀਤੇ ਕੱਲ ਤਾਂ ਦੇਣੀ ਚਾਰ ਹੋਇਆ ਚਾਰ ਦਿਨਾਂ ਦੇ ਵਿੱਚ ਤੇ ਪਤ ਨਹੀਂ ਕਿਹਨੇ ਕਿਹਨੇ ਕਿੰਨੇ ਕਿੰਨੇ ਨੂੰ ਲਏ ਉਸ ਤੇ ਕਰਦੇ ਸੋ ਇਦਾਂ ਦੀਆਂ ਖਬਰਾਂ ਤੇ ਨਹੀਂ ਜਾਈਦਾ ਹੁੰਦਾ ਇਹ ਕਿਸੇ ਦੀ ਗੱਲ ਤੇ ਯਕੀਨ ਨਹੀਂ ਕਰੀਦਾ ਹੁੰਦਾ हां ਜਦੋਂ ਕੋਈ ਤੁਹਾਨੂੰ ਕੋਈ ਆਪਦਾ ਬੰਦਾ ਦੱਸਦਾ ਬਈ ਨੂੰ ਲਾਉਣਾ ਨਿਕਲਿਆ ਹੈ ਇਹਦੇ ਵਾਸਤੇ ਵੀ ਟਾਈਮ ਹੁੰਦਾ ਟਾਈਮ ਦੇ ਬਾਅਦ ਟਾਈਮ ਦੇ ਵਿੱਚ ਹਰ ਚੀਜ਼ ਟਾਈਮ ਲੈਂਦੀ ਹੈ ਤੁਹਾਨੂੰ ਪਤਾ ਹੁਣਾ ਹੁਣਾ ਸਾਰੇ ਖੇਤੀ ਬੜੀ ਕਰਦੇ ਆਂ ਬੀਜ ਆਪਾਂ ਬੀਜ ਵੀ ਬੀਜਨੇ ਆ ਨਾ ਕਿਤੇ ਉਹਦੇ ਵਾਸਤੇ ਵੀ ਟਾਈਮ ਚਾਹੀਦਾ ਅੰਦਰ ਪੁੰਗਰਨ ਵਾਸਤੇ ਠੀਕ ਹੈ ਤੇ ਇਦਾਂ ਨਹੀਂ ਵੀ ਅੱਜ ਬੀਜ ਬੀਜਿਆ ਤੇ ਕੱਲ ਨੂੰ ਉਹਨੂੰ ਸਬਜ਼ੀ ਲੱਗੇ ਹੋਈ ਜਾਂ ਫਲ ਲੱਗੇ ਆਊਗਾ ਇਦਾਂ ਨਹੀਂ ਹੁੰਦਾ ਸਿਸਟਮ ਹੁੰਦਾ ਮਤਲਬ ਪਰਫਾਤੂਰੇ ਦਾ ਜਿਹੜਾ ਕੰਮ ਆ ਘੱਟੋ-ਘੱਟ ਇੱਕ ਹਫ਼ਤੇ ਤੱਕ ਦਾ ਕੰਮ ਆ ਜੇ ਪਰਫਾਤੂਰਾ ਖਿੱਚ ਕੇ ਕੰਮ ਕਰੇ ਤੇ ਇੱਕ ਹਫ਼ਤੇ ਬਾਅਦ ਉਹ ਕਾ ਰਿਪੋਰਟ ਆਉਣੀ ਦੇ ਸਕਦਾ ਸੋ ਇਦਾਂ ਗੱਲਾਂ ਦੇ ਨਾਲ ਬਾਕੀ ਜਿਹੜੇ ਨੂਲੇ ਉਸਤੇ ਆਏ ਆ ਤੇ ਜਿਹੜੇ ਨਹੀਂ ਆਏ ਤੇ ਮੈਂ ਉਹ ਦੱਸਦਾ ਵੀ ਜਿਹੜੇ ਅੱਜ ਕੱਲ ਨੂਲੇ ਉਸਤੇ ਜਿਹੜੇ ਤੁਹਾਨੂੰ ਵਿਖਾਏ ਜਾ ਰਹੇ ਆ ਵੀ ਨੂਲੇ ਉਸਤੇ ਤੁਸੀਂ ਸਕਰੀਨ ਤੇ ਫੋਟੋ ਵੇਖ ਰਹੇ ਆ ਵੀ ਇਹ ਕੇ ਨੂਲਾ ਉਸਤਾ ਹੁੰਦਾ ਵੇਹੀ ਮੇਰੇ ਵੀਰਾਂ ਕੋਲੇ ਇਦਾਂ ਦਾ ਨੂਲਾ ਉਸਤਾ ਆਇਆ ਜਿਹੜਾ ਮੈਨੂੰ ਕੱਲ ਭੇਜਿਆ ਵੀ ਭਾਜੀ ਇਹ ਨੂਲਾ ਉਸਤਾ ਆਇਆ ਤੇ ਐਨੀ ਵੀ ਮੈਂ ਛਾਣਵੀਂ ਕਰ ਲਈ ਇਸ ਮੇਰੇ ਵੀਰ ਦੀ ਵੀ ਕਰ ਲਈ ਜਿਹਨੇ ਭੇਜਿਆ ਮੈਨੂੰ ਤੇ ਨੂਲੇ ਉਸਤੇ ਦੀ ਵੀ ਕਰ ਲਈ ਬਚਾਣਵੀਂ ਤੇ ਇਹ ਮੈਂ ਤੁਹਾਨੂੰ ਸਾਰੇ ਨੂੰ ਇਹ ਦੱਸਦਾ ਵੀ ਇਹ ਅੱਜ ਕੱਲ ਨੂਲਾ ਉਸਤਾ ਨਹੀਂ ਆਉਂਦਾ ਕਾ ਇਹ ਪਿਛਲੇ ਸਾਲ ਦੇ ਹੀ ਇਹ ਫਾਰਮੈਟ ਬੰਦ ਹੋਇਆ ਬਿਆ ਜਿਹੜਾ ਮੈਂ ਮਾਰਕਾ ਦੀ ਬੋਲੋ ਵਾਲਾ ਨੂਲਾ ਉਸਤਾ ਨਹੀਂ ਮਿਲਣਾ ਤੁਹਾਨੂੰ ਤੁਹਾਨੂੰ ਨੂਲਾ ਉਸਤਾ ਜਿਹੜਾ ਪੀਡੀਐਫ ਫਾਈਲ ਮਿਲਣੀ ਹੈ ਇੱਕ ਜਿਹੜੀ ਕਿ ਤੁਹਾਨੂੰ ਆਨਲਾਈਨ ਹੀ ਪੀਡੀਐਫ ਫਾਈਲ ਮਿਲ ਜਾਣੀ ਹੈ ਇਦਾਂ ਦਾ ਨੂਲਾ ਉਸਤਾ ਪਹਿਲਾਂ ਹੁੰਦਾ ਸੀ ਪਿਛਲੇ ਸਾਲ ਤੋਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਕਿ ਪਰਫਾਤੂਰੇ ਦੇ ਵਿੱਚੋਂ ਜਾ ਕੇ ਲੈ ਕੇ ਆਉਣਾ ਪੈਂਦਾ ਸੀ ਮਾਰਕਾ ਦੀ ਬੋਲੋ ਨਾਲ ਲੈ ਕੇ ਜਾ ਕੇ ਤੇ ਹੁਣ ਜੇਕਰ ਤੁਹਾਨੂੰ ਇਦਾਂ ਦਾ ਕੋਈ ਨੂਲਾ ਉਸਤਾ ਦਿੰਦਾ ਜਾਂ ਫੋਟੋ ਭੇਜਦਾ ਉਹਦੇ ਤੇ ਕਦੀ ਵੀ ਯਕੀਨ ਨਾ ਕਰੋ ਕਿਉਂਕਿ ਇਦਾਂ ਇਹਨੂੰ ਲਿਓਸ ਤੇ ਬੰਦ ਹੋ ਚੁੱਕਿਆ ਇਟਲੀ ਦੇ ਵਿੱਚ ਤੇ ਬਾਕੀ ਇਹ ਕੋਈ ਵੀ 16 ਯੂਰੋ ਦੀ ਮਾਰਕਾ ਦੀ ਬੋਲੋ ਕੋਈ ਟਵਿੱਟਰ ਤੋਂ ਫੋਟੋ ਲਾ ਕੇ ਤੇ ਜਾਂ ਕੋਈ ਫੇਸਬੁੱਕ ਤੋਂ ਫੋਟੋ ਲਾ ਕੇ ਨੂਲੇ ਉਸ ਤੇ ਤੁਹਾਨੂੰ ਕੱਟ ਵੱਡ ਕਰਕੇ ਫੋਟੋ ਭੇਜ ਸਕਦਾ ਪੈਸੇ ਬਟਨਾ ਮਰਾ ਸੋ ਮੇਰਾ ਵੀਰ ਇਦਾਂ ਦੀ ਕੋਈ ਗਲਤੀ ਐ ਨਾ ਕਰੋ ਬਾਕੀ ਜਿਹੜੇ ਨਵੇਂ ਨੂਲੇ ਉਸ ਤੇ ਨਵੇਂ ਨੂਲੇ ਤੇ ਮੈਂ ਤੁਹਾਨੂੰ ਦੱਸ ਦਿੱਤਾ ਵੀ ਹਜੇ ਹਫਤਾ ਖੰਡ ਦਾ ਘਟੋ ਘਟ ਟਾਈਮ ਦਿਓ ਸਰਕਾਰ ਨੂੰ ਕਾਰਵਾਈ ਕਰਨ ਦਿਓ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੋਊਗੀ ਕਿ ਤਨ ਕਿਤੋਂ ਮਤਲਬ ਕਿਸੇ ਕਿਨਾ ਕਿਸੇ ਪਾਸੋਂ ਵੀ origignal ਨੂੰ علاوہsta ਕੋਈ ਮੇਰਾ ਵੀਰ ਆਪ ਨੂੰ ਦੱਸੂਗਾ ਵੀ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਟਾਈਮ ਦੇ ਪੇਪਰ ਪਰੇ ਨਿਕਲੇ ਆ ਤਾਂ ਆਪਾਂ ਯਕੀਨ ਕਰ ਸਕਦੇ ਆ ਬਾਕੀ ਕੋਈ ਨਾ ਫਸੋ ਤੇ ਬਾਕੀ ਗੱਲ ਕਰਦੇ ਪੇਪਰਾਂ ਦੀ ਪੇਪਰਾਂ ਦੀ ਜਿਹੜੇ ਐ ਨਵੀਂ ਫਲੂਸੀ ਦੀ ਗੱਲ ਕਰਦੇ ਆ ਜਿਹੜੇ ਮੇਰੇ ਵੀ ਕੱਚੇ ਰਹਿ ਰਹੇ ਐ ਤੇ ਉਹਨਾਂ ਵਾਸਤੇ ਇੱਕ ਖਬਰ ਸਾਹਮਣੇ ਆਈ ਐ ਬਾਕੀ ਮੈਂ ਕੱਲ ਇੱਕ ਬਿਨਾ ਵਾਜ ਤੋਂ ਖਬਰ ਪਈ ਸੀ ਉਹਦੇ ਵਿੱਚ ਵੀ ਦੱਸਤਾ ਸੀ ਬਈ ਜਿਹੜੇ ਬਹੁਤ ਰੌਲਾ ਚੱਲ ਰਿਹਾ ਇਟਲੀ ਦੇ ਵਿੱਚ ਜਿਹੜੇ ਕੱਚੇ ਬੰਦਿਆਂ ਨੂੰ ਪੱਕੇ ਕਰਨ ਦਾ ਕੱਚੇ ਬੰਦਿਆਂ 'ਤੇ ਸਣਾ ਤੋਰੀਆ ਖੋਲੰਦਾ ਹੁਣ ਇੱਥੇ ਮੈਂ ਦੱਸ ਦਿੰਦਾ ਬਈ ਕੱਚੇ ਬੰਦੇ ਜਿਹੜੇ ਉਹ ਕਿਹੜੇ ਕੱਚੇ ਬੰਦਿਆਂ 'ਤੇ ਸਣਾ ਤੋਰੀਆ ਖੋਲ ਸਕਦਾ ਦੋਸਤੋ ਖਬਰਾਂ ਵੀ ਤੁਸੀਂ ਵੇਖ ਰਹੇ ਆਂ ਕੱਲ ਦੀਆਂ ਖਬਰਾਂ ਵੇਖ ਰਹੇ ਆਂ ਕੱਚੇ ਬੰਦਿਆਂ 'ਤੇ ਸਣਾ ਤੋਰੀਆ ਜਿਹੜਾ ਖੋਲ ਸਕਦਾ ਘਰੇਲੂ ਕੰਮਾਂ 'ਤੇ ਬਦਾਨ ਤੇਰੇ ਕੰਮਾਂ 'ਤੇ ਜਿਹਦੇ ਵਿੱਚ ਕੇ ਰਿਪੋਰਟਾਂ ਦੇ ਵਿੱਚ ਜਿਹੜਾ ਜਾਣਗਾਰਨਾ ਕੀਤੀ ਗਈ ਹੈ ਬੀ ਜਿਹੜਾ 75% ਬੰਦਾ ਗੈਰ ਯੂਰਪੀ ਕੰਮ ਕਰ ਰਿਹਾ ਜਿਹਦੇ ਵਿੱਚ ਕਿ 70% ਤੋਂ ਵੱਧ ਬੰਦਿਆਂ ਕੋਲੇ ਪੇਪਰ ਨਹੀਂ ਹੈ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਆ ਜਿਹੜੇ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲਦਾ ਜਾਂ ਘਰਾਂ ਦੀ ਦੇਖਭਾਲ ਦਾ ਕੰਮ ਕਰਦੇ ਆ ਉਹਨਾਂ ਕੋਲੇ 70% ਤੋਂ ਵੱਧ ਬੰਦਿਆਂ ਕੋਲੇ ਪੇਪਰ ਨਹੀਂ ਹੈ ਇਹੀ ਰਿਪੋਰਟਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਆ ਰਹੀਆਂ ਹੁਣ ਜੇ ਸੈਨਾਤਰੀਆ ਨਵਾਂ ਖੁੱਲਦਾ ਨਵੇਂ ਕੱਚੇ ਬੰਦੇਆਂ ਵਾਸਤੇ ਪੇਪਰ ਖੁੱਲਦੇ ਆ ਜ਼ਿਆਦਾਤਰ ਇਹਨਾਂ ਵਾਸਤੇ ਖੁੱਲਣਗੇ ਜਿਹੜੇ ਕਰਾਂ ਦੇ ਵਿੱਚ ਕੰਮ ਕਰਨ ਵਾਲੇ ਡੋਮੈਸਟਿਕ ਕੰਮ ਕਰਨ ਵਾਲੇ ਕੱਚੇ ਬੰਦੇ ਉਹਨਾਂ 'ਤੇ ਪੇਪਰ ਜਿਹੜਾ ਸਨਿਆਤੁਰਿਆ ਖੁੱਲ ਸਕਦਾ ਔਨਲਾਈਨਾਂ ਦੇ ਵਿੱਚ ਤੇ ਬਾਕੀ ਇਹ 5 ਤਰੀਕ ਤੋਂ ਬਾਅਦ ਪਤਾ ਲੱਗੂਗਾ ਕਿਉਂਕਿ ਆਪਾਂ ਉਹੀ ਦੱਸ ਦਿੰਦੇ ਹਾਂ ਵੀ ਜਿਹੜਾ ਖਬਰਾਂ ਦੇ ਵਿੱਚ ਹੁੰਦਾ ਖਬਰਾਂ ਦੇ ਵਿੱਚ ਤੁਸੀਂ ਪੜ੍ਹਦੇ ਆਂ ਵੇਖਦੇ ਆਂ ਮੈਂ ਸ਼ੇਅਰ ਵੀ ਕਰ ਦਿੰਦਾ ਹਾਂ ਇਸ ਥਲੇ ਉਹਦੇ ਤੇ ਵੀ ਧਿਆਨ ਨਾਲ ਪੜਿਆ ਕਰੋ ਵੀ ਕਿਹੜੇ ਵਿਭਾਗ ਦੇ ਵਿੱਚ ਕੱਚੇ ਬੰਦਿਆਂ ਦੀ ਗੱਲ ਕੀਤੀ ਗਈ ਹੈ ਵੀ ਕੱਚੇ ਬੰਦਿਆਂ ਨੂੰ ਪੱਕੇ ਕਰਨ ਦੀ ਕਿਹੜੇ ਵਿਭਾਗ ਦੇ ਵਿੱਚ ਇਹ ਇਹੀ ਵਿਭਾਗ ਇਹ ਹੀ ਡਿਪਾਰਟਮੈਂਟ ਆ ਜਿਹੜਾ ਘਰੇਲੂ ਕੰਮਾਂ ਦਾ ਵਿਦਾਂਤ ਤੇ ਦੇ ਕੰਮਾਂ ਦਾ ਇਹਦੇ ਵਿੱਚ ਸਣਾ ਤੁੜਿਆ ਜਿਹੜਾ ਖੁੱਲਦਾ ਕੱਚੇ ਬੰਦੇ ਨੂੰ ਕੰਮ ਕਰਨ ਵਾਸਤੇ ਇਹਦੇ ਵਾਸਤੇ ਤੁਸੀਂ ਦੋਸਤੋ ਇਹ ਕੋਈ ਵੀ ਖੁੱਲਦਾ ਸਣਾ ਤੁੜਿਆ ਕਿਸੇ ਬੰਦੇ ਵਾਸਤੇ ਵੀ ਖੁੱਲਦਾ ਕਿਸੇ ਵੀ ਅਜਿਹਾ ਜਿ ਖੁੱਲਦਾ ਤੁਹਾਡੇ ਕੋਲ ਇੱਕ ਤੋਂ ਘੱਟ ਪਿਛਲੇ 6 ਮਹੀਨੇ ਦਾ ਪਿਛਲੇ 6 ਮਹੀਨੇ ਦਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਇਟਲੀ ਦੇ ਵਿੱਚ ਐਂਟਰੀ ਕੀਤੀ ਹੋਵੇ ਪਿਛਲੇ 6 ਮਹੀਨੇ ਕਦੋਂ ਵੀ ਸਣਾ ਤੁੜਿਆ ਪੇਪਰ ਪੁੱਲਣਾ ਕੱਚੇ ਬੰਦੇਆਂ ਵਾਸਤੇ ਮਤਲਬ ਪਿਛਲੇ 6 ਮਹੀਨੇ ਦਾ ਮੰਨ ਲਾ ਜੇ ਤੁਸੀਂ ਬੀਤੇ ਮਹੀਨੇ ਆਏ ਆ ਤੇ ਤੁਸੀਂ ਕਹਦੇ ਹੋ ਵੀ ਹੁਣ ਜਦੋਂ ਪੇਪਰ ਖੁੱਲ ਗਏ ਤੁਸੀਂ ਨਹੀਂ ਅਪਲਾਈ ਕਰ ਸਕਦੇ ਪਹਿਲੇ 6 ਮਹੀਨੇ ਦਾ ਘੱਟੋ ਘੱਟ ਸਰਕਾਰ ਰਿਕਾਰਡ ਮੰਗਦੀ ਹੈ ਵੀ ਪਿਛਲੇ 6 ਮਹੀਨੇ ਦੇ ਤੋਂ ਤੁਸੀਂ ਇਟਲੀ ਦੇ ਵਿੱਚ ਰਹਿ ਰਹੇ ਹੋ ਗੱਲ ਕਰਦੇ ਆਂ ਅਗਲੀ ਖਬਰ ਦੀ ਦੋਸਤੋ ਚਲਦੇ ਆਂ ਇਟਲੀ ਦੀਆਂ ਖਬਰਾਂ ਵੱਲ ਚੈਟ ਜੀਪੀਟੀ ਚੈਟ ਜੀਪੀਡੀ ਹੁੰਦਾ ਕੀ ਹੈ ਪਹਿਲਾਂ ਤਾਂ ਮੈਨੂੰ ਪਤਾ ਉਹਦੇ ਉੱਤੇ ਇਟਲੀ ਦੇ ਵਿੱਚ ਬੈਨ ਲੱਗ ਚੁੱਕਾ ਚੈਟ ਜੀਪੀਡੀ ਤੇ ਚੈਟ ਜੀਪੀਡੀ ਇੱਕ ਇਹੋ ਜਿਹਾ ਚੈਟਿੰਗ ਸਿਸਟਮ ਆ ਜਿਵੇਂ ਆਪਣੀ WhatsApp ਵਾਲੀ ਚੈਟ ਹੁੰਦੀ ਹੈ ਉਸ ਤਰ੍ਹਾਂ ਦਾ ਹੀ ਸਿਸਟਮ ਆ ਫਰਕ ਇਹਦੇ ਵਿੱਚ ਇਹੀ ਹੈ ਵੀ ਇਹ ਕਿਸੇ ਨਾਲ ਲੱਲੇ ਭਭਈ ਚੈਟ ਨਹੀਂ ਕਰਦਾਗਾ ਇਹ ਚੈਟ ਸਿਸਟਮ ਹੈ ਜਬ ਵੀ ਜੇ ਤੁਸੀਂ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈਣੀ ਹੈ ਥੋੜਾ ਜਿਹਾ ਟਾਈਪ ਕਰਕੇ ਭੇਜੋ ਤੁਹਾਨੂੰ ਸਾਰੀ ਉਸ ਚੀਜ਼ ਦਾ ਬਾਇਓ ਡਾਟਾ ਕੱਢ ਕੇ ਚੈਟ ਦੇ ਰੂਪ ਦੇ ਵਿੱਚ ਸਾਹਮਣੇ ਕਰ ਦਿੰਦਾ ਇਹ ਸਿਸਟਮ ਇਹਦੇ ਤੇ ਬੈਨ ਲੱਗ ਚੁੱਕਾ ਕਿਉਂ ਕਿਉਂ ਲੱਗ ਚੁੱਕਾ ਬੈਨ ਤੇ ਕਿਉਂਕਿ ਜਿਹੜਾ ਇਹ ਚੈਟ ਸਿਸਟਮ ਹੈ ਜੇ ਤੁਸੀਂ ਇਹ ਨਾਲ ਚੈਟ ਕਰਨੀ ਹੈ ਤੁਹਾਨੂੰ ਆਪਣਾ ਬਾਇਓ ਡਾਟਾ ਪਹਿਲਾਂ ਇਹਦੇ ਵਿੱਚ ਭਰਨਾ ਪੈਣਾ ਵੀ ਤੁਸੀਂ ਕੌਣ ਆ ਕਿੱਥੋਂ ਆ ਕੀ ਕਰਦੇ ਆ ਕੀ ਨਹੀਂ ਠੀਕ ਆ ਹੁਣ ਇਟਲੀ ਸਰਕਾਰ ਨੇ ਆਪਦੀ ਸਿਕ ਪੁਰੇਸਾਂ ਨੂੰ ਦੇਖਦੇ ਹੋਏ ਇਹ ਸਿਸਟਮ ਨੂੰ ਇਟਲੀ ਦੇ ਵਿੱਚ ਬੈਨ ਕਰ ਦਿੱਤਾ ਇੱਕ ਬਹੁਤ ਵਧੀਆ ਸਿਸਟਮ ਸੀਗਾ ਤੇ ਚਲੋ ਹੁਣ ਬੈਨ ਹੋ ਗਿਆ ਤੇ ਗੱਲ ਕਰਦੇ ਆ ਅੱਗੇ ਜੁਰਮਾਨੇ ਜਿਹੜੇ ਇਟਲੀ ਦੇ ਵਿੱਚ 5000 ਤੋਂ ਲੈ ਕੇ 1 ਲੱਖ ਰੁਪਈਆ ਜੁਰਮਾਨਾ ਜਿਹੜਾ ਇਟਲੀ ਦੀ ਨਵੀਂ ਸਰਕਾਰ ਨਵਾਂ ਕਾਨੂੰਨ ਪੇਸ਼ ਕਰਨ ਜਾ ਰਹੀ ਆ ਆਪਦੇ ਸਕੂਲਾਂ ਦੇ ਵਿੱਚ ਸਾਰੀਆਂ ਸਪੈਰੀ ਸੰਸਥਾਵਾਂ ਦੇ ਵਿੱਚ ਜਾਂ ਹਰ ਖੇਤਰ ਦੇ ਵਿੱਚ ਇਟਾਲੀਅਨ ਭਾਸ਼ਾ ਨੂੰ ਪੈਲ ਦੇ ਆਧਾਰ ਤੇ ਲੈ ਕੇ ਆ ਰਹੀ ਹੈ ਜਿਹੜੀ ਨਵੀਂ ਸਰਕਾਰ ਪ੍ਰਤੈਲੀ ਦੀ ਇਟਾਲੀਆ ਇਹ ਨਵੀਂ ਸਰਕਾਰ ਜਿਹੜਾ ਨਵਾਂ ਪ੍ਰਪੋਸਟਾ ਰੱਖਦਾ ਸਰਕਾਰ ਗਏ ਨੇ ਵੀ ਜਿਹੜੇ ਨਵੇਂ ਕਾਨੂੰਨ ਬਣ ਜਾ ਰਹੇ ਉਹਦੇ ਵਿੱਚ ਜਿਹੜਾ ਹਰ ਦਫ਼ਤਰਾਂ ਦੇ ਵਿੱਚ ਹਰ ਸਕੂਲਾਂ ਦੇ ਵਿੱਚ ਤੇ ਹਰ ਖੇਤਰ ਦੇ ਵਿੱਚ ਜਿਹੜਾ ਇਟਾਲੀਅਨ ਭਾਸ਼ਾ ਨੂੰ ਪੈਲ ਦਿੱਤੀ ਜਾਊਗੀ ਨਾ ਕਿ ਇੰਗਲਿਸ਼ ਨੂੰ ਨਾ ਕਿਸੇ ਹੋਰ ਭਾਸ਼ਾ ਨੂੰ ਖਬਰ ਅਬਰੂਸ ਤੋਂ ਆ ਰਹੀ ਹੈ ਅਬਰੂਸ ਦੇ ਲਾਕਵੀਲਾ ਇਲਾਕੇ ਦੇ ਵਿੱਚ ਇੱਕ ਡਾਕਟਰ ਨੇ ਆਪਣੀ ਘਰ ਵਾਲੀ ਤੇ ਆਪਣੇ ਦੋ ਬੱਚਿਆਂ ਨੂੰ ਮਾਰੀ ਗੋਲੀ ਦੋਸਤੋਂ ਬਾਅਦ ਕੀਤੀ ਖੁਦਕੁਸ਼ੀ ਇੱਕ ਮਹੀਨੇ ਪਹਿਲਾਂ ਹੀ ਰਿਟਾਇਰ ਹੋਇਆ ਸੀ ਇਹ ਡਾਕਟਰ ਤੇ ਇਹ ਦੱਸਿਆ ਜਾਂਦਾ ਵੀ ਤ੍ਰਿੰਪਾ ਦੇ ਇੱਕ ਵਿਲੇ ਦੇ ਵਿੱਚ ਰਹਿ ਰਿਹਾ ਸੀ ਪਰਿਵਾਰ ਦੀ ਕੱਲ ਕੇ ਬੀਤੇ ਕੱਲ ਦੁਪਹਿਰ ਹਾਦਸਾ ਇਹ ਹੋਇਆ ਮਤਲਬ ਕਿ ਜਸ ਇਸ ਡਾਕਟਰ ਨੇ ਆਪਣਾ ਇੱਕ ਬੇਟਾ 43 ਸਾਲਾ ਜੋ ਕਿ ਅਪਾਜ ਸੀਗਾ ਇੱਕ ਬੇਟੀ ਅਲਸਾਂਦਰਾ 36 ਸਾਲ ਦੀ ਤੇ ਆਪਣੀ ਪਤਨੀ ਪਹਿਲਾਂ ਇਹਨਾਂ ਤਿੰਨਾਂ ਦੇ ਗੋਲੀ ਮਾਰੀ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਇਸ ਡਾਕਟਰ ਨੇ ਖੁਦਕੁਸ਼ੀ ਕਰ ਲਈ ਮਲਾਹਾਂ ਤਵਾਰੀ ਇਹ ਖਬਰ ਮਲਾਹਾਂ ਦੇ ਕਿੰਡਰਗਾਰਟਨ ਸਕੂਲ ਦੇ ਵਿੱਚ ਇੱਕ ਅਧਿਆਪਕ ਨੂੰ ਅਰੈਸਟ ਕੀਤਾ ਗਿਆ ਇਹ ਅਧਿਆਪਕ ਇੱਕ 35 ਸਾਲਾ ਉਹਨ ਮੈਸਟਰੋ ਦਾ ਜ਼ਿਲ੍ਹਾ ਕਿੰਡਰਗਾਰਟਨ ਦਾ ਅਧਿਆਪਕ ਸੀਗਾ ਜਿਹਦੀ ਜਿਹਨੇ ਕਿ 4 ਤੋਂ ਲੈ ਕੇ 5 ਸਾਲ ਦੇ ਬੱਚਿਆਂ ਦਾ ਜਿੰਸੀ ਸ਼ੋਸ਼ਣ ਕੀਤਾ ਉਹਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮੈਦਾਨ ਦੀ ਪੁਲਿਸ ਤੇ ਮਹਿਲਾ ਤੇ ਨਾਬਾਲਗ ਸੁਰੱਖਿਆ ਪੁਲਿਸ ਨੇ ਜਿਹੜਾ ਇਸ ਨੂੰ ਕਠਤ ਰੂਪ ਦੇ ਵਿੱਚ ਕੈਮਰਿਆਂ ਦੇ ਵਿੱਚ ਕੈਦ ਕੀਤੀ ਗਈ ਇਹਦੀ ਵੀਡੀਓ ਉਹਦੇ ਆਧਾਰ ਤੇ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਇਹ ਖਬਰ ਪਹਿਲਾਂ ਬਹੁਤ ਸਾਹਮਣੇ ਆ ਚੁੱਕੀ ਸੀ ਉਸ ਤੋਂ ਬਾਅਦ ਸਕੂਲ ਦੇ ਵਿੱਚ ਕੈਮਰੇ ਲਾ ਕੇ ਕੈਮਰਿਆਂ ਦੇ ਵਿੱਚ ਇਹਦੀਆਂ ਜਿਹੜੀਆਂ ਹਰਕਤਾਂ ਕੈਦ ਹੋਈਆਂ ਉਸ ਤੋਂ ਬਾਅਦ ਇਹਨੂੰ ਅਰੈਸਟ ਕੀਤਾ ਗਿਆ ਖਬਰ ਆ ਰਹੀ ਹੈ ਦੋਸਤੋ 10 ਮਹੀਨੇ ਦੀ ਬੱਚੀ ਦੇ ਜਿਗਰ ਦੇ ਵਿੱਚੋਂ ਦੋ ਕਿਲੋ ਦੀ ਜਿਹੜੇ ਟਿਊਮਰ ਕੱਢਿਆ ਗਿਆ ਰੋਮ ਦੇ ਬੰਬੀਨੋ ਹਸਪਤਾਲ ਦੇ ਵਿੱਚ ਰਿਕਾਰਡ ਤੋੜ ਸਰਜਰੀ ਕੀਤੀ ਗਈ ਡਾਕਟਰਾਂ ਵੱਲੋਂ ਬਹੁਤ ਗੁੱਡ ਨਿਊਜ਼ ਡਾਕਟਰਾਂ ਦੇ ਸ਼ਾਬਾਸ਼ ਜਿਨ੍ਹਾਂ ਨੇ ਇੱਕ ਬੱਚੀ ਦਾ ਭਾਰ ਜੀ ਦਾ ਕਿ ਬੱਚੀ ਦਾ ਭਾਰ 8 ਕਿਲੋ ਬੱਚੀ ਦਾ ਭਾਰ ਸੀਗਾ ਜਿਹਦੀ ਕਿ ਉਮਰ 10 ਮਹੀਨੇ ਸੀਗੀ ਉਹਦੇ ਜਿਹੜੇ ਜਿਗਰ ਦੇ ਵਿੱਚੋਂ 2 ਕਿਲੋ ਦੀ ਜਿਹੜਾ ਟਿਊਮਰ ਦਾ ਸਫਲ ਆਪਰੇਸ਼ਨ ਕੀਤਾ ਗਿਆ 2 ਕਿਲੋ ਦਾ ਟਿਊਮਰ ਕੱਢਿਆ ਗਿਆ ਬਾਕੀ ਦੋਸਤੋ ਇਹੀ ਸੀ ਨਵੀਂ ਤਾਜੀ ਅਪਡੇਟ ਨਵੀਂ ਤਾਜੀ ਜਾਣਕਾਰੀ ਮਿਲਦੇ ਹਾਂ ਅਗਲੀ ਅਪਡੇਟ ਦੇ ਨਾਲ ਤਦ ਤੱਕ ਦੇਵਾਗਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ